असी अज इत्थे गंढे लाए आ पंजाब ते हरियाणे वाले वीरां ने रल के तां कि जिहड़ी मोदी सरकार आ इह मन नहीं रही इस करके असी लम्मा टाइम इत्थे बैठण वास्ती करके असी लोकां नूं इक उदाहरण दे के चले आ भी ये चीज़ां असी लाउणे आ असी पैदा करदे आ ते तुहाडे तक पहुँच। मेरा नाम हरजीत सिंह, असी भगवानपुर पिंड जिला मानसा पंजाब तो आए हाँ। असी अज इत्थे गंढे लाए आ पंजाब ते हरियाणे वाले वीरां ने रल के तां कि जिहड़ी मोदी सरकार आ इह मन नहीं रही इस करके असी लम्मा टाइम इत्थे बैठण वास्ती गंढे लाए आ भी गां जिहड़ी भी असी आपदी कोई रोटी पानी सब्जी बनाया करांगे इत्थों ताज़ी सब्जी तोड़ के असी पट के गंढे ते सब्जियां तोड़ के असी आपदी बनाया करांगे जी। कल नूं होर भी जिहड़ियां सब्जियां रह गईआं उह भी असी लिया के ला लैणी। ये चले गए इत्थों ते जो असी किसान आ शुरू तो पैदा करदे आए आ लोग खा रहे आ उही असी ये जिहड़ी परंपरा छड्ड के जावांगे भी आपदी साडी लगी हुई सब्जी लोग खाणगे चेते रखणगे भी पंजाब हरियाणे दे जिहड़े लोग आ ਉਹ ਆਏ ਸੀ ਅਤੇ ਆਣ ਕੇ ਇਹ ਲਾ ਕੇ ਗਏ। ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਨਾ ਵੀ ਜਿਹੜਾ ਕੁਛ ਅਸੀਂ ਖਾਂਦੇ ਹਾਂ ਪੈਦਾ ਕਰਦੇ ਹਾਂ ਉਹ ਕਿਸਾਨ ਹੀ ਪੈਦਾ ਕਰਦੇ ਜਿਹੜੇ ਉਹ ਖਾਂਦੇ ਆ। ਇਸ ਕਰਕੇ ਅਸੀਂ ਲੋਕਾਂ ਨੂੰ ਇੱਕ ਉਦਾਹਰਣ ਦੇ ਕੇ ਚੱਲੇ ਹਾਂ ਵੀ ਇਹ ਚੀਜ਼ਾਂ ਅਸੀਂ ਲਾਉਂਦੇ ਹਾਂ ਅਸੀਂ ਪੈਦਾ ਕਰਦੇ ਹਾਂ ਅਤੇ ਤੁਹਾਡੇ ਤੱਕ ਪਹੁੰਚਦੇ। ਜਿਹੜੀ ਗੱਲ ਸਰਕਾਰ ਦੀ ਆ ਮੋਦੀ ਸਰਕਾਰ ਦੀ ਤਿੰਨ ਕਾਨੂੰਨ ਬਣਾਏ ਆ ਜਿਹੜੇ ਉਹ ਕਿਸਾਨ ਵਿਰੋਧੀ ਆ। ਉਹ ਇਕੱਲੇ ਕਿਸਾਨ ਵਿਰੋਧੀ ਨਹੀਂ ਗੇ ਸਾਰੇ ਸਮਾਜ ਵਿਰੋਧੀ ਆ। ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਬਹੁਤ ਜਿਹੜੇ ਮਾੜੇ ਸਿੱਟੇ ਨਿਕਲਣੇ ਆ। ਇਸ ਕਰਕੇ ਅਸੀਂ ਪਿਛਲੇ 2 ਮਹੀਨਿਆਂ ਤੋਂ ਦਿੱਲੀ ਅਤੇ ਉਸ ਤੋਂ 2 ਮਹੀਨਿਆਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਸੰਘਰਸ਼ ਕਰਦੇ ਆ ਰਹੇ ਹਾਂ। ਇਹ 3 ਕਾਨੂੰਨ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਆ, ਮੋਦੀ ਨੂੰ ਵਾਪਸ ਲੈਣੇ ਚਾਹੀਦੇ ਆ ਤਾਂ ਕਿ ਜੋ ਸਾਡੇ ਬਜ਼ੁਰਗ ਅਤੇ ਮਾਤਾਵਾਂ ਸਾਡੀਆਂ ਸੜਕਾਂ ਦੇ ਉੱਤੇ ਇੰਨੀ ਠੰਡ ਦੇ ਵਿੱਚ ਰਾਤ ਨੂੰ ਬੈਠੇ ਆ ਉਹ ਆਪਦੇ ਘਰਾਂ ਨੂੰ ਜਾ ਸਕਣ। ਜੇ ਸਰਕਾਰ ਦੇ ਮਨ ਵਿੱਚ ਵਹਿਮ ਹੋਵੇ ਵੀ ਇਹ ਜੱਟ ਆ ਜਾਂ ਕਿਸਾਨ ਵੀਰ ਆ ਜਾਂ ਕੋਈ ਵੀ ਆ ਹਰਿਆਣੇ ਵਾਲੇ ਪੰਜਾਬ ਵਾਲੇ ਯੂਪੀ ਵਾਲੇ ਵੀ ਇਹ ਉਹ ਉੱਠ ਕੇ ਚਲੇ ਜਾਣਗੇ ਵੀ ਲੰਮਾ ਸਮਾਂ ਪੈ ਜੂਗਾ ਅਤੇ ਉੱਠ ਕੇ ਚਲੇ ਜਾਣਗੇ, ਇਹ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਅਸੀਂ ਆਪਦੇ ਹੱਕ ਲੈਣ ਆਏ ਹਾਂ ਇੱਥੇ ਬੈਠੇ ਹਾਂ। ਜਿੰਨਾ ਤੱਕ ਸਾਡੇ ਹੱਕ ਨਹੀਂ ਮਿਲਣਗੇ ਉਹਨਾਂ ਚਿਰ ਅਸੀਂ ਇੱਥੇ ਹੀ ਬੈਠੇ ਹਾਂ, ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ ਅਤੇ ਆਪਦੇ ਹੱਕ ਲੈ ਕੇ ਜਾਵਾਂਗੇ। ਬੇਨਤੀ ਇਹ ਆ ਸਰਕਾਰ ਨੂੰ ਵੀ ਛੇਤੀ ਤੋਂ ਛੇਤੀ ਇਹ ਜਿਹੜੇ ਕਾਨੂੰਨ ਆ ਵਾਪਸ ਲਏ ਜਾਣ ਤਾਂ ਕਿ ਪੰਜਾਬ ਦੇ ਵਿੱਚ ਅਤੇ ਦਿੱਲੀ ਦੇ ਵਿੱਚ ਜਿਹੜੀ ਸ਼ਾਂਤੀ ਉਹ ਬਣੀ ਹੈ। ਤਰਕ ਦਿੰਦੀ ਸੀਗੀ ਭਈ ਅਸੀਂ ਕੀਮਤਾਂ ਵਧਾਵਾਂਗੇ ਆਮ ਜਨਤਾ ਨੂੰ ਬੋਝ ਪਊਗਾ ਅਤੇ ਮਹਿੰਗਾਈ ਵੱਧ ਜੂਗੀ। ਹੁਣ ਇਹ ਅਡਾਨੀ ਬਾਨੀ ਨੂੰ ਮੌਲ ਖੋਲ ਕੇ ਦੇ ਰਹੇ ਆ, ਅਨਾਜ ਸਾਰਾ ਉਹਨਾਂ ਦੇ ਕਬਜ਼ੇ 'ਚ ਕਰ ਰਹੇ ਆ, ਹੁਣ ਆਮ ਜਨਤਾ 'ਤੇ ਬੋਝ ਨਹੀਂ ਪਊਗਾ, ਇਹਦੇ ਨਾਲ ਮਹਿੰਗਾਈ ਵਧੂਗਾ, ਆਮ ਜਨਤਾ ਪਰੇਸ਼ਾਨ ਨਾ ਹੋਊਗੀ, ਉਹ ਸਸਤਾ ਰਾਸ਼ਨ ਕਿਸਕੇ ਪਾਸੇ ਲੈਣਗੇ। ਏਕਤਾ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ।